ਪਤਨੀ ਹੈ ਦਰਵਿੰਦਰ ਕੌਰ, ਉਹ ਬਲੋਕ ਸਮਿਤੀ ਦੀ ਮੈਂਬਰ ਹੈ ਔਰ ਚੇਅਰਮੈਨ ਵੀ ਵਾਸਤੇ ਮੈਨੂੰ ਮੇਰਾ ਨਾਮ ਪ੍ਰਪੋਜ਼ ਕੀਤਾ ਸੀਗਾ ਬੀਬੀ ਕਰਮ ਕੌਰ ਬਰਾੜ ਜੀ ਨੇ ਔਰ ਪਰ ਅਕਾਲੀ ਦਲ ਦੇ ਨਾਲ ਮਿਲ ਕੇ ਰਾਜੀਵ ਵੜਿੰਗ ਨੇ, ਕਿਉਂਕਿ 20 ਬਲੋਕ ਦੇ ਮੈਂਬਰ ਜਿਹੜੇ ਕਾਂਗਰਸ ਪਾਰਟੀ ਦੇ ਜਿੱਤੇ ਸੀਗੇ ਔਰ 5 ਮੈਂਬਰ ਬਲੋਕ ਸਮਿਤੀ ਦੇ ਅਕਾਲੀ ਦਲ ਦੇ ਸੀਗੇ ਔਰ 1 MLA ਦੀ ਵੋਟ, ਉਹਨਾਂ ਨੇ ਰਲ ਮਿਲ ਕੇ 16 ਵੋਟਾਂ ਕਰਕੇ ਅਕਾਲੀ ਦਲ ਦੇ ਨਾਲ ਔਰ ਜਿਹੜਾ ਇੱਕ ਹੋਰ ਗਰੁੱਪ ਸੀਗਾ ਵਾਈਸ ਚੇਅਰਮੈਨ ਜਿਹੜਾ ਉਹ ਅਕਾਲੀ ਦਲ ਦਾ ਬਣਾਇਆ ਔਰ ਇਸ ਸਾਰੇ ਦੇ ਵਿੱਚ ਜਿਹੜਾ ਸੀ ਜੋੜ ਤੋੜ ਸੀਗਾ ਉਹ ਰਾਜੀਵ ਵੜਿੰਗ ਨੇ ਕੀਤਾ। ਮੈਂ ਸਿਰਫ ਇਹੀ ਗੱਲ, ਜਿਸ ਦਿਨ ਦੁਬਾਰਾ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਣੀ ਸੀ ਔਰ ਸਾਡੇ ਮਾਣਯੋਗ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਆਏ ਸੀਗੇ ਔਰ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਨੇਹਾ ਲੈ ਕੇ ਆਏ ਸੀ ਵੀ ਨਰਿੰਦਰ ਸਿੰਘ ਕੌਣੀ ਨੂੰ ਜ਼ਿਲ੍ਹਾ ਚੇਅਰਮੈਨ ਪ੍ਰੀਸ਼ਦ ਦਾ ਚੇਅਰਮੈਨ ਬਣਾਉਣਾ ਔਰ ਵਾਈਸ ਚੇਅਰਮੈਨ ਸਾਡੇ ਇੱਕ ਮਾਣਯੋਗ ਬੀਬੀ ਜੀ ਅਤੇ ਭਾਈ ਕੇਰੇ ਤੋਂ ਉਹਨਾਂ ਨੂੰ ਬਣਾਉਣਾ ਔਰ ਸਰਬਸੰਮਤੀ ਨਾਲ ਇਹ ਚੋਣ ਹੋਈ ਔਰ ਜਾ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਕਿਹਾ ਗਿਆ ਵੀ ਤੁਸੀਂ ਜਾ ਕੇ ਚੋਣ ਕਰਾਓ। ਮੈਂ ਇਹੀ ਗੱਲ ਮੰਤਰੀ ਜੀ ਨੂੰ ਬਾਅਦ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਰਾਜਾ ਵੜਿੰਗ ਜੀ ਮੌਜੂਦ ਸੀਗੇ, ਬੀਬੀ ਕਰਮ ਕੌਰ ਬਰਾੜ ਜੀ ਸਾਡੇ ਸਾਬਕਾ ਪ੍ਰਧਾਨ ਖੁੱਡੀਆਂ ਸਾਹਿਬ ਜੀ ਸੀਗੇ, ਉਹਨਾਂ ਦੀ ਮੌਜੂਦਗੀ ਵਿੱਚ ਮੈਂ ਇਹ ਗੱਲ ਕਹੀ ਵੀ ਹੁਣ ਵਧੀਆ ਹੋਇਆ ਪਾਰਟੀ ਸਾਰੀ ਇਕੱਠੀ ਕਰਕੇ ਮੈਂਬਰਾਂ ਦੇ ਵਿੱਚੋਂ ਤੁਸੀਂ ਫੈਸਲਾ ਕਰਕੇ ਉਹਨੂੰ ਬਣਾਇਆ। ਇਹੀ ਚੋਣ ਜੇ ਕਿਤੇ ਪਹਿਲਾਂ ਬਲੋਕ ਸਮਿਤੀ ਵੇਲੇ ਵੀ ਤੁਸੀਂ ਇਸੇ ਤਰ੍ਹਾਂ ਬਿਠਾ ਕੇ ਕਰਦੇ ਤਾਂ ਅੱਜ ਅਕਾਲੀ ਦਲ ਦਾ ਵਾਈਸ ਚੇਅਰਮੈਨ ਨਾ ਬਣਦਾ। ਔਰ ਮੇਰੀ ਇਹ ਗੱਲ ਸੁਣਨ ਤੋਂ ਬਾਅਦ ਮਾਣਯੋਗ ਮੰਤਰੀ ਜੀ ਹੱਕੇ ਬੱਕੇ ਰਹੇ ਹੋਗੇ ਵੀ ਵਾਈਸ ਚੇਅਰਮੈਨ ਅਕਾਲੀ ਦਲ ਕਿਵੇਂ ਬਣ ਗਿਆ, ਜਦਕਿ 20 ਬਲੋਕ ਸੰਘ ਮੈਂਬਰ ਕਾਂਗਰਸ ਪਾਰਟੀ ਕੋਲ ਸੀਗੇ ਔਰ ਮੇਰੇ ਮੂੰਹ ਦੇ ਵਿੱਚੋਂ ਜੋ ਸੱਚਾਈ ਸੀ ਉਹ ਇਹ ਨਿਕਲੀ ਕਿ ਇਸ ਸਭ ਕੁਛ ਦੇ ਪਿੱਛੇ ਰਾਜਾ ਵੜਿੰਗ ਜੀ ਦਾ ਹੱਥ ਹੈ ਔਰ ਇਹਨਾਂ ਨੇ ਰਲ ਮਿਲ ਕੇ ਬਣਾਇਆ। ਪਰ ਰਾਜਾ ਵੜਿੰਗ ਜੀ ਉੱਥੇ ਵੀ ਮੁੱਕਰ ਗਏ ਔਰ ਉਹਨਾਂ ਨੇ ਸਾਰਾ ਕੁਛ ਕਿਹਾ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ। ਮੈਂ ਪੁੱਛਣਾ ਚਾਹੁੰਦਾ ਜੇ ਹੱਥ ਨਹੀਂ ਗਾ ਔਰ ਅੱਜ ਇਹਨਾਂ ਦੇ ਫਲੈਕਸ ਬੋਰਡ ਜਿਹੜੇ ਲੱਗੇ ਆ ਉਹਨਾਂ ਦੇ ਵਿੱਚ ਚੇਅਰਮੈਨ ਬਣਿਆ ਦੇ, ਉਹਨਾਂ ਨੇ ਰਾਜਾ ਵੜਿੰਗ ਜੀ ਦੀ ਫੋਟੋ ਕਿਉਂ ਲਈ, ਜਦਕਿ MLA ਤਾਂ ਬਾਹਰਲੇ ਹਲਕੇ ਗਿੰਦਵਾ ਦੇ। ਵਾਈਸ ਚੇਅਰਮੈਨ ਜਿਹੜਾ ਉਹ ਅਕਾਲੀ ਦਲ ਦਾ ਕਿਸ ਤਰ੍ਹਾਂ ਬਣਿਆ, ਆ ਰੋਜ਼ੀ ਬਰਕੰਦੀ ਜੀ ਦੇ ਉਹ ਕਹੀ ਜਾਂਦੇ ਮੈਂ ਜਮੀਰ ਦੀ ਆਵਾਜ਼ ਸੁਣ ਕੇ ਮੈਂ ਆਪਦਾ ਸਾਡਾ ਵਾਈਸ ਚੇਅਰਮੈਨ ਚੇਅਰਮੈਨ ਦੀ ਵੋਟ ਦੂਸਰੇ ਗਰੁੱਪ ਨੂੰ ਪਾਈ ਔਰ ਅਕਾਲੀ ਦਲ ਵਾਈਸ ਚੇਅਰਮੈਨ ਬਣਿਆ ਔਰ ਦਮਕੇ ਜੇ ਮਾਰ ਰਹੇ ਆ ਵੀ ਅਕਾਲੀ ਦਲ ਨੇ ਆਪਦੀ ਸੂਝ ਬੂਝ ਦੇ ਨਾਲ ਅਸੀਂ ਆਪਦਾ ਵਾਈਸ ਚੇਅਰਮੈਨ ਬਣਾਇਆ। ਮੈਂ ਸਾਰੀਆਂ ਗੱਲਾਂ ਜਦੋਂ ਸਾਡੇ ਮਾਣਯੋਗ ਮੰਤਰੀ ਜੀ ਦੇ ਕੋਲ ਰੱਖੀਆਂ ਉਸ ਗੱਲ ਤੋਂ ਚਿੜ ਕੇ ਇਹਨਾਂ ਨੇ ਉਸੇ ਸ਼ਾਮ ਨੂੰ 5:30-6 ਵਜੇ ਮੇਰੇ ਤੋਂ ਪਰਚਾ ਦਰਜ ਕਰਾਇਆ, FIR ਕਰਾਈ। ਜਦਕਿ ਸੱਚਾਈ ਇਹ ਹੈ ਜਿਸ ਦਿਨ ਰਾਜਾ ਵੜਿੰਗ ਜੀ ਨੂੰ ਐਡਵਾਈਜ਼ਰ ਮੁੱਖ ਮੰਤਰੀ ਸਾਹਿਬ ਦਾ ਬਣਾਇਆ ਗਿਆ ਔਰ ਉਸ ਦਿਨ ਇਹਨਾਂ ਨੇ ਫੇਸਬੁੱਕ 'ਤੇ ਕੋਈ ਆਪਣੀ ਪਾਈ ਸੀ, ਪੋਸਟ ਪਾਈ ਸੀ, ਉਹ ਮੈਂ ਅੱਗੇ ਉਹ 1-2 ਕਮੈਂਟ ਇਹੋ ਜਿਹੇ ਕਰਦੇ ਵੀ ਰਾਜਾ ਵੜਿੰਗ ਜਿਹੜਾ ਇਹ ਮਿਲਿਆ ਹੋਇਆ ਅਕਾਲੀ ਦਲ ਦੇ ਨਾਲ ਔਰ ਮੈਂ ਹੁਣ ਵੀ ਕਹਿੰਦਾ ਮੈਂ ਕਦੋਂ ਮੁੱਕਰਦਾ ਕਿ ਇਹ ਸਭ ਕੁਛ ਰਾਜਾ ਵੜਿੰਗ ਦਾ ਕੀਤਾ ਹੋਇਆ ਔਰ ਅਕਾਲੀ ਦਲ ਨਾਲ ਮਿਲ ਕੇ ਉਹਨਾਂ ਨੇ ਚੇਅਰਮੈਨ ਔਰ ਵਾਈਸ ਚੇਅਰਮੈਨ ਗਿਵ ਐਂਡ ਟੇਕ ਕਰਕੇ ਬਣਾਇਆ ਔਰ ਇਹਨਾਂ ਗੱਲਾਂ ਤੋਂ ਖਿੱਚ ਕੇ ਉਹਨਾਂ ਨੇ ਉਸੇ ਦਿਨ ਸ਼ਾਮ ਨੂੰ 5:30-6 ਵਜੇ ਮੇਰੇ 'ਤੇ FIR ਕਰਾਈ ਹੈ। ਮੈਂ ਹੁਣ ਵੀ ਇਸ ਗੱਲ ਤੋਂ ਨਹੀਂ ਮੁੱਕਰਦਾ, ਰਾਜਾ ਵੜਿੰਗ ਜਿਹੜਾ ਉਹ ਮੁਕਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਪਾਰਟੀ ਦੇ ਵਿੱਚ ਜਿਹੜੀ ਮੁਕਤਸਰ ਜ਼ਿਲ੍ਹੇ ਦੀ ਹੈ ਉਹਨੂੰ ਬਹੁਤ ਕਮਜ਼ੋਰ ਕਰ ਰਿਹਾ ਔਰ ਉਹਨਾਂ ਦੇ ਜਿਹੜੇ ਹੁਣ ਮੈਂ ਇਹੀ ਗੱਲ ਕਹੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਹਰਚਰਨ ਸਿੰਘ ਸੋਥਾ ਜਿਹੜੇ ਰਾਜਾ ਵੜਿੰਗ ਦੇ ਮਾਮਾ ਜੀ ਹੈ ਉਹਨਾਂ ਦਾ ਫਰਜ਼ ਬਣਦਾ, ਜ਼ਿਲ੍ਹਾ ਪ੍ਰਧਾਨ ਮਾਂ ਹੁੰਦਾ ਕਾਂਗਰਸ ਪਾਰਟੀ, ਉਹਨਾਂ ਦਾ ਫਰਜ਼ ਬਣਦਾ ਸੀਗਾ ਉਹ ਬਲੋਕ ਸਮਿਤੀ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਕਰਕੇ ਔਰ ਉਹ ਚੋਣ ਕਰਦੇ ਸਰਬਸੰਮਤੀ ਨਾਲ ਚੋਣ ਕਰਾਉਂਦੇ। ਮੈਂ ਨਾ ਬਣਦਾ ਮੈਨੂੰ ਕੋਈ ਇਤਰਾਜ਼ ਨਹੀਂ ਸੀ, ਪਾਰਟੀ ਕਹਿ ਦਿੰਦੀ, ਹੁਣ ਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਆ 2 ਹੋਰ ਚਾਹਵਾਨ ਸੀਗੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਪਾਰਟੀ ਦਾ ਜੋ ਹੁਕਮ ਮੰਨਣਾ ਅਸੀਂ ਸਾਰੇ ਪਾਰਟੀ ਦੇ ਕੰਮ ਕਰਦੇ ਹਾਂ।
ਮੈਂ ਇਹੀ ਇਤਰਾਜ਼ ਲਾਇਆ ਸੀਗਾ ਵੀ ਉਸ ਦਿਨ ਕਿਉਂ ਨਹੀਂ ਹੋਇਆ, ਅੱਜ ਦੁਬਾਰਾ ਕਿਉਂ ਹੋਇਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਜੋ ਵੀ ਹੋਈਆਂ ਉਹਨਾਂ ਤੋਂ ਖਿੱਚ ਕੇ ਰਾਜਾ ਵੜਿੰਗ ਜੀ ਨੇ ਮੇਰੇ 'ਤੇ ਕਾਰਵਾਈ ਕੀਤੀ ਹੈ। ਔਰ ਮੈਂ ਟਕਸਾਲੀ ਕਾਂਗਰਸੀ ਪਰਿਵਾਰ ਹੈ, ਮੈਨੂੰ ਤਾਂ ਕਦੇ ਕਦੇ ਇਹ ਮਹਿਸੂਸ ਹੋਣ ਲੱਗ ਪੈਂਦਾ ਕਿ ਇਹ ਪਰਿਵਾਰ ਜਿਹੜਾ ਇਹ ਰਾਜਾ ਵੜਿੰਗ ਔਰ ਉਹਦੇ ਮਾਮਾ ਇਹ ਚਾਹੁੰਦੇ ਹੈ ਵੀ ਇਹ ਪਾਰਟੀ ਛੱਡ ਕੇ ਜਾਂਦੇ ਰਹਿਣ। ਰਾਜਾ ਵੜਿੰਗ ਦੇ ਦੋਸ਼ ਅੱਜ ਹੀ ਨਹੀਂ ਲੱਗੇ, ਪਹਿਲੀ ਵਾਰੀ ਵੀ ਅਕਾਲੀ ਦਲ ਨਾਲ ਮਿਲਿਆ ਹੋਇਆ ਸਾਡੇ ਅੱਜ ਤੋਂ ਸਾਲ ਸਵਾ ਸਾਲ ਪਹਿਲਾਂ ਸਾਡੇ ਯਾਦਵਿੰਦਰ ਸਿੰਘ ਜਾਗੂ ਜਿਹੜੇ ਮੀਤ ਪ੍ਰਧਾਨ ਨੇ ਨਗਰ ਕੌਂਸਲ ਮੁਕਤਸਰ ਦੇ, ਉਹਨਾਂ ਨੂੰ ਸਸਪੈਂਡ ਕਰਾਇਆ। ਔਰ ਇਹ ਗੱਲ ਜਿਹੜੀ ਹੈ ਰਾਜਾ ਜੀ ਨੇ ਉਸ ਦਿਨ ਵੀ ਮੰਤਰੀ ਸਾਹਿਬ ਦੇ ਕੋਲ ਗਈ ਵੀ ਉਦੋਂ ਵੀ ਮੈਨੂੰ ਬਦਨਾਮ ਕਰਦੇ ਸੀਗੇ, ਜਦਕਿ ਉਹਨਾਂ ਦੀ ਗੱਲ ਨੂੰ ਵਿੱਚ ਕੱਟ ਕੇ ਟੋਕ ਕੇ ਆਸ਼ੂ ਜੀ ਨੇ ਵੀ ਇਹ ਗੱਲ ਕਹੀ ਵੀ ਸਿੱਧੂ ਸਾਹਿਬ ਦੇ ਮੈਂ ਕੋਲ ਬੈਠਾ ਸੀਗਾ ਜਦੋਂ ਤੁਹਾਡਾ ਫੋਨ ਆਇਆ ਔਰ ਬੀਬੀ ਕਰਨ ਬਰਾੜ ਜੀ ਦਾ ਫੋਨ ਆਇਆ ਵੀ ਸਾਡੇ ਸਸਪੈਂਡ ਕਰਤੇ। ਉਹਨਾਂ ਨੇ ਸਿੱਧੂ ਸਾਹਿਬ ਨੇ ਅੱਗੋਂ ਇਹ ਗੱਲ ਕਹੀ ਵੀ ਇਹ ਮੈਂ ਰਾਜਾ ਵੜਿੰਗ ਦੇ ਕਹਿਣ ਤੇ ਕੀਤਾ। ਇਸੇ ਤਰ੍ਹਾਂ ਹੀ ਜਾਖੜ ਸਾਹਿਬ ਕੋਲ ਬੈਠਾ ਸੀ ਆਸ਼ੂ ਜੀ ਨੇ ਬੀਬੀ ਕਰਨ ਬਰਾੜ ਜੀ ਦਾ ਸਾਡੇ ਬੋਲਣ ਤੋਂ ਪਹਿਲਾਂ ਇਹ ਗੱਲ ਕਹਿਤੀ ਕਿ ਮੈਂ ਰਾਜੇ ਇਸ ਗੱਲ ਦੇ ਵਿੱਚ ਤਾਂ ਤੂੰ ਝੂਠਾ, ਮੈਨੂੰ ਇਸ ਗੱਲ ਦਾ ਪਤਾ ਵੀ ਤੇਰਾ ਰੋਲ ਹੈਗਾ। ਦੁਬਾਰਾ ਫਿਰ ਇਹੀ ਮੈਂ ਤਾਂ ਇਹ ਚਾਹੁੰਦਾ ਵੀ ਮੇਰੇ ਤੇ ਕਾਰਵਾਈ ਕਰਾਉਣ ਦੀ ਬਜਾਏ ਜੇ ਕਿਤੇ ਰਾਜਾ ਵੜਿੰਗ ਜੀ ਆਪਦੇ ਅੰਦਰ ਝਾਤੀ ਮਾਰਨ ਕਿ ਉਹ ਅਕਾਲੀ ਦਲ ਦੀ ਮਦਦ ਕਰ ਰਹੇ ਕਿ ਨਹੀਂ ਕਰ ਰਹੇ। ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਉਸ ਦਿਨ ਦੀ ਚੋਣ ਦੀ ਗੱਲ ਵੀ ਕਰਦਾ, ਕਾਂਗਰਸ ਪਾਰਟੀ ਕੋਲ ਬਹੁਮਤ ਸੀਗਾ, ਅਕਾਲੀ ਦਲ ਵਾਲੇ ਚਾਰ ਜਿਹੜੇ ਜ਼ਿਲ੍ਹਾ ਦੋ ਬਲਾਕ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਾਕ ਸੰਮਤੀ ਬਲੋਟ ਦੇ ਔਰ ਲੰਬੀ ਦੇ ਚੇਅਰਮੈਨ ਔਰ ਦੋ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਉਹ ਉੱਥੇ ਕੀ ਲੈਣ ਆਏ, ਉਹ ਕੋਰਮ ਪੂਰਾ ਕਰਾਉਣ ਆਏ ਸੀਗੇ ਰਾਜਾ ਵੜਿੰਗ ਦਾ ਕਿ ਕਿਤੇ ਕਾਂਗਰਸ ਪਾਰਟੀ ਵਿੱਚੋਂ ਕੋਈ ਇੱਧਰ ਉੱਧਰ ਨਾ ਹੋ ਜਾਵੇ। ਮੈਂ ਧੰਨਵਾਦ ਕਰਦਾ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਨੇਹ ਦੇ ਸਰਬਸੰਮਤੀ ਨਾਲ ਫੈਸਲਾ ਕੀਤਾ, ਜਦਕਿ ਉੱਥੇ ਵੀ ਉਸ ਦਿਨ ਵੀ ਚਾਰ ਜਿਹੜੇ ਉਹਨਾਂ ਦੀਆਂ ਵੋਟਾਂ ਸੀਗੀਆਂ ਅਕਾਲੀ ਦਲ ਦੀਆਂ ਦੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੋ ਚੇਅਰਮੈਨ ਲੰਬੀ ਔਰ ਬਲੋਟ ਦੇ ਉਹ ਉੱਥੇ ਕੋਰਮ ਪੂਰਾ ਕਰਾਉਣ ਆਏ ਸੀ ਰਾਜਾ ਵੜਿੰਗ ਦਾ। ਤੇਜਿੰਦਰ ਸਿੰਘ ਮਿੱਡੂ ਖੇੜੀ ਨਾਲ ਰਾਜਾ ਵੜਿੰਗ ਮਿਲਿਆ ਹੋਇਆ, ਮੈਂ ਗੱਲ ਕਰਦਾ ਰੋਜ਼ੀ ਬਰਕੰਦੀ ਨਾਲ ਮਿਲਿਆ ਹੋਇਆ। ਮੈਂ ਦੋਸ਼ ਨਹੀਂ ਕਰਦਾ, ਪ੍ਰਮਾਣ ਪ੍ਰਤੱਖ ਨੂੰ ਪ੍ਰਮਾਣ ਕੀ ਹੈ ਜਦੋਂ ਕਹੀ ਹੈ ਦੇਵ ਵੀ ਪੰਜ ਵਾਲਾ ਨਗਰ ਕੌਂਸਲ ਵਾਲਾ ਇੱਕ ਤਾਂ ਪੜੀ ਜਾਂਦੇ ਆ ਉਹਨਾਂ ਦਾ ਵੀ ਉਹ ਬਣਾਤਾ, ਰੋਜ਼ੀ ਬਰਕੰਦੀ ਵੀ ਕਹੀ ਜਾਂਦਾ ਮੈਂ ਬਣਾਤਾ, ਫਿਰ ਇਸ ਤੋਂ ਬਾਅਦ ਹੋਰ ਅਸੀਂ ਕੀ ਚਾਹੁੰਦੇ ਹਾਂ। ਇਹ ਸਾਰਾ ਕੁਛ ਜਿਹੜਾ ਤੁਸੀਂ ਮੈਂ ਨਾ ਪਹਿਲਾਂ ਮੁੱਕ ਰਿਹਾ ਨਾ ਹੁਣ ਵੀ, ਮੈਂ ਕੋਈ ਫੇਸਬੁੱਕ ਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕੀਤਾ, ਗਲਤ ਕਮੈਂਟ ਜਿਹੜਾ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਕਮੈਂਟ ਨਹੀਂ ਕੀਤਾ, ਉਹ ਸਿਰਫ ਉਹਨਾਂ ਦੀ ਬਖਲਾਹਟ ਦੀ ਨਿਸ਼ਾਨੀ ਹੈ। ਮੈਂ ਇਹ ਚਾਹੁੰਦਾ, ਮੇਰੇ ਨਾਲ ਸਕੂਲ ਦੇ ਵਿੱਚ ਵੀ ਅਸੀਂ ਇਕੱਠੇ ਪੜ੍ਹੇ ਹਾਂ, ਸਕੂਲ ਤੋਂ ਲੈ ਕੇ ਮੈਂ ਹੁਣ ਤੱਕ ਦਾ ਅਸੀਂ ਜਿਹੜਾ ਸਫ਼ਰ ਅਸੀਂ ਇਕੱਠਿਆਂ ਨੇ ਤੈਅ ਕੀਤਾ ਉਹਦੀ ਰਗ ਰਗ ਤੋਂ ਵਾਕਫ ਹੈ ਮੈਂ, ਉਹ ਸਿਰਫ ਬਖਲਾਹਟ ਦੀ ਨਿਸ਼ਾਨੀ ਹੈ। ਬਾਕੀ ਉਹ ਮੇਰੇ ਮੈਂ ਉਮਰ ਦੇ ਵਿੱਚ ਮੇਰੇ ਤੋਂ ਛੋਟਾ, ਪਰ ਮੈਂ ਹਮੇਸ਼ਾ ਉਹਨਾਂ ਨੂੰ ਬਾਈ ਰਾਜਾ ਵੜਿੰਗ ਜੀ, ਬਾਈ ਰਾਜਾ ਵੜਿੰਗ ਜੀ ਤੋਂ ਪਹਿਲਾਂ ਮੈਂ ਅੱਜ ਤੱਕ ਕਦੇ ਨਹੀਂ ਬੋਲਿਆ। ਇਹ ਮੇਰਾ ਦਰਦ ਸੀਗਾ ਉਸ ਦਿਨ ਜਿਹੜਾ ਮੈਂ ਇੱਕ ਅੱਧਾ ਕਮੈਂਟ ਮੈਂ ਕੀਤਾ, ਉਹ ਮੈਂ ਹੁਣ ਵੀ ਉਸ ਗੱਲ 'ਤੇ ਮੈਂ ਹੁਣ ਵੀ ਕਹਿੰਦਾ ਕਿ ਵਾਈਸ ਚੇਅਰਮੈਨ ਜਿਹੜਾ ਅਕਾਲੀ ਦਲ ਦਾ ਬਣਿਆ ਉਹਨਾਂ ਦੀ ਰਾਏ ਤੋਂ ਬਿਨਾਂ ਕਿਵੇਂ ਬਣ ਗਿਆ। ਫਿਰ ਜਿਹੜਾ ਚੇਅਰਮੈਨ ਬਣੀ ਉਹ ਫਲੈਕਸ ਬੋਰਡ ਦੇ ਵਿੱਚ ਰਾਜਾ ਵੜਿੰਗ ਜੀ ਦੀ ਫੋਟੋ ਲਾਈ ਹੈ ਉਹਨਾਂ ਨੇ, ਕਿਸੇ ਹੋਰ ਲੀਡਰ ਦੀ ਨਹੀਂ ਲਾਈ। ਇਹ ਫਿਰ ਕਹਿੰਦੇ ਆ ਵੀ ਮੈਂ ਹਜੇ ਨਹੀਂ ਉਹਨਾਂ, ਮੇਰਾ ਕੋਈ ਰੋਲ ਨਹੀਂ, ਮੇਰਾ ਮੁਕਤਸਰ ਵਿੱਚ ਮੇਰੀ ਸਹਿਮਤੀ ਤੋਂ ਬਿਨਾਂ ਬਣ ਕੇ ਕਿਸ ਤਰ੍ਹਾਂ ਹੋਇਆ। ਇਹ ਰਾਜਾ ਵੜਿੰਗ ਜੀ ਦੋਗਲੀਆਂ ਗੱਲਾਂ ਨਾ ਤੁਸੀਂ ਕਰੋ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਬਾਕੀ ਪਾਰਟੀ ਹਾਈਕਮਾਂਡ ਤੋਂ ਅਸੀਂ ਕਾਂਗਰਸ ਹੈਗੇ ਹਾਂ, ਕਾਂਗਰਸ ਵਿੱਚ ਰਹਿਣਾ। ਜਾਖੜ ਸਾਹਿਬ ਨੂੰ ਵੀ ਅਸੀਂ ਕੱਲ੍ਹ ਦਾ ਸਾਨੂੰ ਟਾਈਮ ਦਿੱਤਾ, ਅਸੀਂ ਮਿਲਾਂਗੇ ਔਰ ਜੋ ਵੀ ਪਾਰਟੀ ਫੈਸਲਾ ਕਰੂਗੀ ਸਾਡੇ ਸਿਰ ਮੱਥੇ।